मेरा नाम शमशेर सिंह जी, सेंटर इंस्पेक्टर नगर कौंसल तरन तारण जी। एक्चुअली इदा जी, जिन्हें स्ट्रीट वेंडर आ साडे तरन तारण शहर दे विच, रेहड़ी फड़ी वाले जिन्हां नूं आपां स्ट्रीट वेंडर कह दिंदे आ, स्ट्रीट वेंडर वास्ते साडे ना इत्थे जगह नहीं हैगी सिटी दे विच। ते जिन्ना भी साडी मेन रोड आ, मतलब कि इहते आवाजाई ज़्यादा साधन आवाजाई दे चलदे आ, इस करके रेहड़ी जिहड़े स्ट्रीट वेंडर जिन्ने भी रेहड़ी वगैरह जिहड़े रस्ते दे विच मेन रोड दे उपर लगियां होंदियां, जिहदे नाल ट्रैफिक वगैरह की बड़ी समस्या आउंदी सानू। और बहुत बार असीं जिहड़ा वा इह चीज़ नूं सुलझाउण की कोशिश की आ, पर नहीं, वह मतलब कि सार्थक हल नहीं लग सकिया। हुण हाले दा इही आ कि इहनां दे इत्थे जिवें आ रोई दे उत्ते इहनां पुल दे उत्ते रेहड़ियां लाईआं सी, इह वी जिहड़ा वा ਕਿਸੇ ਹਾਦਸੇ ਨੂੰ ਆਵਾਜ਼ਾਂ ਮਾਰਦੇ ਆ, ਇਹ ਵੀ ਕੋਈ ਕਿਸੇ ਨਾਲ ਕੋਈ ਟ੍ਰੈਜਡੀ ਹੋ ਸਕਦੀ, ਕੋਈ ਹਾਦਸਾ ਹੋ ਸਕਦਾ। ਸੋ ਇਸ ਕਰਕੇ ਅਸੀਂ ਇਹਨਾਂ ਦੇ ਮੱਦੇਨਜ਼ਰ ਜਿੰਨੇ ਵੀ ਸਟਰੀਟ ਵੈਂਡਰਸ ਹੈਗੇ ਆ, ਅਸੀਂ ਇਹਨਾਂ ਨੂੰ ਇੱਕ ਸ਼ਹਿਰ ਦੇ ਵਿੱਚ ਜਿਹੜੀਆਂ ਅਲੱਗ ਅਲੱਗ ਏਰੀਆਜ਼ ਦੇ ਵਿੱਚ ਅਸੀਂ ਜਗ੍ਹਾ ਜਿਹੜੀਆਂ ਸਰਚ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜਿਸ ਤਰ੍ਹਾਂ ਇਹ ਰੋਈ ਵਾਲਾ ਪੁਲ ਆ, ਇਹਦੇ ਲਾਗੇ ਆ, ਉੱਧਰ ਸਾਡੇ ਆਪਣਾ SDM ਦਫ਼ਤਰ ਦੇ ਬਾਹਰ ਜਗ੍ਹਾ ਹੈਗੀ ਆ, ਫਿਰ ਸਾਡੇ ਸ਼ਨੀ ਦੇਵ ਮੰਦਿਰ ਰੋਡ 'ਤੇ ਜਗ੍ਹਾ ਹੈਗੀ ਆ, ਫਿਰ ਬੱਸ ਸਟੈਂਡ ਵਾਲੇ ਪਾਸੇ ਜਗ੍ਹਾ ਹੈਗੀ ਆ, ਉਹ ਅਸੀਂ ਉਹਨਾਂ ਜਗ੍ਹਾ ਦੀ ਸਾਰਿਆਂ ਦੀ ਸ਼ਨਾਖਤ ਕਰ ਲਈ ਗਈ ਆ। ਤੇ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੀ ਜਿੰਨਾ ਵੀ ਹੈਗੇ ਆ ਸਟਰੀਟ ਵੈਂਡਰ, ਇਹਨਾਂ ਸਭ ਦੀ ਰਜਿਸਟ੍ਰੇਸ਼ਨ ਤਕਰੀਬਨ ਹੋ ਗਈ ਆ, ਔਰ ਇਹਨਾਂ ਨੂੰ ਜਿਹੜੀ ਆ ਅਕੋਰਡਿੰਗ ਟੂ ਇਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਸਾਡੇ ਵੱਲੋਂ ਹੁਣ ਇਹਨਾਂ ਨੂੰ ਜਿਹੜੀ ਆ ਇੱਕ ਡਰੋ ਸਿਸਟਮ ਦੇ ਹਿਸਾਬ ਨਾਲ, ਕਿ ਕੱਲ੍ਹ ਨੂੰ ਕਿਸੇ ਨਾਲ ਪਾਰਸ਼ੈਲਿਟੀ ਨਾ ਹੋਵੇ, ਕੋਈ ਇਹ ਨਾ ਕਹੇ ਜੀ ਮੈਨੂੰ ਅੱਗੇ ਰੇਹੜੀ ਉਹਨੂੰ ਅੱਗੇ ਜਗ੍ਹਾ ਦੇ ਤੀ, ਮੈਨੂੰ ਪਿੱਛੇ ਦਿੱਤੀ ਆ। ਇਹਨਾਂ ਨੇ ਜੋ ਰਜਿਸਟ੍ਰੇਸ਼ਨ ਕਰਾਈ, ਇਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੇ ਅਕੋਰਡਿੰਗ ਅਸੀਂ ਜਿਹੜਾ ਇੱਕ ਡਰੋ ਸਿਸਟਮ ਬਣਾ ਕੇ ਔਰ ਇਹਨਾਂ ਨੂੰ ਜਿਹੜੀ ਆ ਇਹ ਜਗ੍ਹਾ ਦੀ ਅਲੋਟਮੈਂਟ ਕਰ ਦਿੱਤੀ। ਇੱਥੇ ਅਸੀਂ ਵੇਖੋ ਜੀ, ਅਜੇ ਸਾਡਾ ਟ੍ਰਾਇਲ ਅਸੀਂ ਸ਼ੁਰੂ ਕੀਤਾ ਵਾ, ਇੱਥੇ ਅਸੀਂ ਸਾਰੇ ਪ੍ਰਬੰਧ ਇਹਨਾਂ ਨੂੰ ਸਾਰੀਆਂ ਜੋ ਸਟਰੀਟ ਵੈਂਡਰਸ ਨੂੰ ਜਿਹੜੀਆਂ ਸਰਵਿਸ ਗਵਰਨਮੈਂਟ ਵੱਲੋਂ ਵੀ ਇੰਸਟਰਕਸ਼ਨਸ ਹੈਗੀਆਂ ਨੇ ਕਿ ਇਹਨਾਂ ਨੂੰ ਸਮੇਂ-ਸਮੇਂ ਤੇ ਜਿਹੜੀਆਂ ਸਰਵਿਸ ਬਣਦੀਆਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ, ਜਿਸ ਤਰ੍ਹਾਂ ਪਾਣੀ ਪੀਣ ਵਾਲੇ, ਪਾਣੀ ਦੀ, ਬਾਥਰੂਮ ਟੋਇਲਟ ਵਗੈਰਾ ਦੀ ਵੀ ਇੱਥੇ ਅਸੀਂ ਸਰਵਿਸ ਦੇਵਾਂਗੇ ਇਹਨਾਂ ਨੂੰ, ਔਰ ਸ਼ੈੱਡ ਵਗੈਰਾ ਵੀ ਸਾਡੀ ਅੱਗੇ ਗਵਰਨਮੈਂਟ ਤੋਂ ਅਸੀਂ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਕਿ ਇਹਨਾਂ ਨੂੰ ਟੀਨ ਦੇ ਸ਼ੈੱਡ ਵਗੈਰਾ ਇੱਥੇ ਪਾ ਦਿੱਤੇ ਜਾਣ, ਨੀਚੇ ਜਿਹੜਾ ਫਰਸ਼ ਲਗਾ ਕੇ, ਟਾਈਲ ਵਗੈਰਾ ਲਗਾ ਕੇ, ਇਹਨਾਂ ਦੇ ਸਟੈਂਡ ਪ੍ਰੋਪਰ ਸਟੈਂਡ ਬਣਾ ਕੇ, ਜਿਸ ਤਰ੍ਹਾਂ ਮੰਡੀ ਟਾਈਪ ਇਹਨਾਂ ਦਾ ਉਹ ਸਿਸਟਮ ਜਿਹੜਾ ਰੇਹੜੀ ਮਾਰਕੀਟ ਜਿਹੜੀ ਆ ਉਹ ਪ੍ਰੋਪਰ ਬਣਾਈ, ਪੂਰੀ ਕੰਪਲੀਟ ਕਰਨ ਦੀ 101% ਕੋਸ਼ਿਸ਼ ਹੋਏਗੀ ਸਾਡੀ। ਜਗਬਾਣੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਵੇਖਣ ਨੂੰ ਮਿਲਿਆ ਕਿ ਤਰਨ ਤਾਰਨ ਦੇ ਵਿੱਚ ਕਾਫੀ ਸਮੱਸਿਆ ਸੀ ਕਿ ਲੋਕਾਂ ਦੇ ਆਉਣਾ ਜਾਣਾ ਵਹੀਕਲ ਬਹੁਤ ਪ੍ਰੋਬਲਮ ਹੋ ਗਈ ਸੀ, ਤਾਂ ਰੋਈ ਦੇ ਉੱਪਰ ਜਾਂ ਹੋਰ ਬਾਜ਼ਾਰ ਦੇ ਵਿੱਚ ਜਾਂ ਉਹ ਹੋਰ ਦੂਸਰੀਆਂ ਸਾਈਡਾਂ ਵੀ ਹੁੰਦੀਆਂ ਸੀ, ਰੇਹੜੀਆਂ ਨਾਲ ਭਰੇ ਹੋਏ ਸੀ, ਤਾਂ ਬਹੁਤ ਹੀ ਸ਼ਿਕਾਇਤਾਂ ਨਗਰ ਕੌਂਸਲ ਨੂੰ ਪਹੁੰਚਦੀਆਂ ਸੀ, MLA ਨੂੰ ਪਹੁੰਚਦੀਆਂ ਸੀ, ਤਾਂ ਉਹਨਾਂ ਵੱਲੋਂ ਉਹਨਾਂ ਸ਼ਿਕਾਇਤਾਂ ਨੂੰ ਦੇਖਦਿਆਂ ਹੋਇਆ ਤਰਨ ਤਾਰਨ ਦੇ ਵਿੱਚ ਜਿਹੜਾ ਹੁਣ ਰੇਹੜੀ ਦੀ ਮਾਰਕੀਟ ਬਣਾਈ ਜਾ ਰਹੀ ਹੈ ਜੋ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸੋ ਅੱਜ ਵੇਖਣ ਨੂੰ ਮਿਲਿਆ ਵਾ ਕਿ ਰੋਈ ਦੇ ਉੱਪਰ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ, ਤੁਸੀਂ ਦੇਖ ਸਕਦੇ ਜੋ ਕਿ ਇਹ ਅਲੋਟਮੈਂਟ ਕੀਤੀਆਂ ਜਾਣਗੀਆਂ ਰੇਹੜੀ ਵਾਲਿਆਂ ਨੂੰ। ਇੱਥੇ ਨੰਬਰ ਲਗਾ ਦਿੱਤੇ ਗਏ ਨੇ 1 ਤੋਂ ਲੈ ਕੇ ਜਿਸ ਤਰ੍ਹਾਂ ਕਿ 10 ਨੰਬਰ, 20 ਨੰਬਰ ਇੱਧਰ ਨੇ, ਉਸ ਤੋਂ ਦੂਸਰੀ ਸਾਈਡ 'ਤੇ ਵੀ ਨੰਬਰ ਨੇ, ਔਰ ਇਹਨੇ ਸਾਰੇ ਰੇਹੜੀ ਵਾਲੇ ਜਿਹੜੇ ਵੀ ਗਰੀਬ ਨੇ ਰੋਜ਼ ਆਪਣਾ ਰੋਜ਼ੀ ਰੋਟੀ ਕਮਾਉਂਦੇ ਨੇ, ਤਾਂ ਫਿਰ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ, ਤਾਂ ਇਹਨਾਂ ਦੀਆਂ ਹੁਣ ਲਾਟਰੀ ਕੱਢੀ ਜਾਵੇਗੀ। ਲਾਟਰੀ ਦਾ ਜਿਹੜਾ ਮਕਸਦ ਹੈ ਕਿ ਕੋਈ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਵਿਤਕਰਾ ਨਹੀਂ ਕੀਤਾ ਜਾ ਰਿਹਾ ਕਿ ਇਹ ਇਹਨਾਂ ਦਾ ਬੰਦਾ ਹੈ ਤਾਂ ਇਹਨੂੰ 1 ਨੰਬਰ 'ਤੇ, ਇਹ ਉਹਨਾਂ ਦਾ ਬੰਦਾ ਹੈ ਇਸਨੂੰ 2 ਨੰਬਰ 'ਤੇ, ਬਿਲਕੁਲ ਐਸੀ ਚੀਜ਼ ਨਹੀਂ ਹੈਗੀ। ਪਰ ਜਿਹੜੇ ਇੱਥੋਂ ਦੇ ਰੇਹੜੀ ਵਾਲੇ ਨੇ, ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਰੇਹੜੀ ਜਿਹੜੀ ਇੱਥੇ ਲਗਾਉਂਦੇ ਸੀ ਰੋਹੀ ਦੇ ਉੱਪਰ, ਸਭ ਤੋਂ ਪਹਿਲਾਂ ਪਹਿਲ ਉਹਨਾਂ ਨੂੰ ਦਿੱਤੀ ਜਾਵੇ, ਉਹਨਾਂ ਦੀ ਲਾਟਰੀਆਂ ਪਾਈ ਜਾਵੇ, ਤੇ ਕੋਈ ਵੀ ਜਿਹੜਾ ਵੀ ਪਹਿਲੇ ਨੰਬਰ, ਦੂਜੇ ਨੰਬਰ, ਤੀਜੇ ਨੰਬਰ ਤੇ ਆਏਗਾ ਉਹ ਕਹਿੰਦੇ ਮਨਜ਼ੂਰ ਆ। ਹੁਣ ਤੇ ਦੇਖਣ ਨੂੰ ਵੀ ਮਿਲ ਰਿਹਾ, ਇਹਨਾਂ ਸੁਣਿਆ ਜਾ ਰਿਹਾ ਹੈ ਕਿ ਦੁਕਾਨਦਾਰਾਂ ਨੇ ਵੀ ਲਾਟਰੀ ਪਾ ਦਿੱਤੀ ਹੈ ਕਿ ਅਗਰ ਲਾਟਰੀ ਉਸਦੀ ਨਿਕਲੇ, ਜਿਹਨੇ ਕਦੀ ਰੇਹੜੀ ਵੀ ਨਹੀਂ ਲਾਈ ਤਾਂ ਉਹ ਆਪਣੀ ਇੱਥੇ ਰੇਹੜੀ ਲਗਾਏਗਾ, ਇਹ ਗਲਤ ਹੈ। ਤੋ ਉਹ ਇਹਨਾਂ ਦਾ ਮੰਨਣਾ ਹੈ ਕਿ ਬਹੁਤ ਸਾਡੇ ਨਾਲ ਇਸ ਚੀਜ਼ ਦਾ ਵਿਤਕਰਾ ਕੀਤਾ ਜਾ ਰਿਹਾ ਹੈ। ਤਾਂ ਸਾਡੇ ਨਾਲ ਇੱਥੋਂ ਦੇ ਪ੍ਰਧਾਨ ਹੈਗੇ ਨੇ, ਇਹ ਪ੍ਰਧਾਨ ਜੀ ਤੁਸੀਂ ਹੁਣੇ ਦੱਸਿਆ ਸੀ ਕਿ ਜਿਹੜਾ ਦੁਕਾਨਦਾਰਾਂ ਵੱਲੋਂ ਵੀ ਲਾਟਰੀਆਂ ਪਾਤੀਆਂ ਗਈਆਂ ਨੇ, ਜਿਹੜੇ ਰੇਹੜੀ ਨਹੀਂ ਲਗਾਉਂਦੇ ਉਹ ਕਿਸ ਤਰ੍ਹਾਂ ਲਾਟਰੀ ਪਾ ਸਕਦੇ? ਇਹ ਹੁਣ ਇਹਦੇ ਸਰਕਾਰ ਨੂੰ ਚਾਹੀਦਾ ਨਾ, ਇਹਦੇ ਸਰਕਾਰ ਨੂੰ ਚਾਹੀਦਾ, ਜਿਹੜਾ ਬੰਦਾ ਰੇਹੜੀ ਲਾਉਂਦਾ, ਰੇਹੜੀ ਲਾਉਂਦਾ ਹਰ ਇੱਕ ਕਮੇਟੀ ਘਰ ਦੇ ਬੰਦੇ ਨੂੰ ਪਤਾ ਵਾ, ਅੰਗਰੇਜ਼ ਨੂੰ ਵੀ ਪਤਾ ਵਾ, ਹਰ ਬੰਦੇ ਨੂੰ ਪਤਾ ਵਾ ਕਿਹੜਾ ਬੰਦਾ ਰੇਹੜੀ ਲਗਾਉਂਦਾ, ਕਿਹੜਾ ਨਹੀਂ ਲਗਾਉਂਦਾ, ਕਿੱਥੇ ਲਗਾਉਂਦਾ ਵਾ, ਕਿੱਥੇ ਨਹੀਂ ਲਾਉਂਦਾ ਗਾ, ਇਹ ਚੀਜ਼ਾਂ ਦੇ ਹਰ ਕਮੇਟੀ ਨੂੰ ਪਤਾ ਹੈਗਾ ਵਾ, ਇਹ ਚੀਜ਼ ਕਮੇਟੀ ਸੋਚੇ। ਅਗਰ ਇਹਦੇ ਵਿੱਚ ਵੇਖਣ ਨੂੰ ਮਿਲਿਆ ਕਿ ਕਹਿੰਦੇ ਪਾਰਦਰਸ਼ੀ ਨਹੀਂ ਕੀਤਾ ਜਾਣਾ, ਸਾਰਿਆਂ ਸਾਹਮਣੇ ਲਾਟਰੀ ਕੱਢੀ ਜਾਵੇਗੀ, ਤੁਹਾਡੇ ਰੋਈ ਵਾਲੇ ਨੇ ਜੇ ਪਹਿਲਾਂ ਪਾ ਦਿੰਦੇ ਨੇ ਲਾਟਰੀਆਂ, ਤੇ ਕਿਸੇ ਨੂੰ ਵੀ 1 ਨੰਬਰ, 2 ਨੰਬਰ, 3 ਨੰਬਰ ਅਲਾਟ ਹੋ ਜਾਂਦਾ, ਤੇ ਤੁਹਾਨੂੰ ਕੋਈ ਉਹਦੀ ਪ੍ਰੋਬਲਮ ਕੋਈ ਨਹੀਂ ਹੈਗੇ। ਉਹ ਰੋਈ ਵਾਲੇ ਜਿਹੜੇ ਪੁਰਾਣੇ ਬੰਦੇ ਬੈਠੇ ਹਨ ਉਹਨਾਂ ਦੇ ਪਹਿਲਾਂ ਡਵਾਟ ਕੱਢ ਦੇਣ, ਉਸ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਜਿੰਨੇ ਹੈਗੇ ਆ ਨਾ ਆਪਣੇ ਰੋਈ ਦੇ ਵਿੱਚ, ਜਿੰਨੇ ਵੀ ਆਪਣੇ ਰੇਹੜੀ ਲੱਗਦੇ ਆ, ਸਾਰਿਆਂ ਦੇ ਆਪਾਂ ਨਾਂ ਲਿਖੇ ਹੋਏ ਆ, ਆਪਣੇ ਲਿਖੇ ਹੋਏ, ਆਪਣੇ ਤਾਂ MLA ਸਾਹਿਬ ਕੋਲ ਜਾਣਾ ਸੀ, ਹੁਣ ਲਿਸਟ ਲਿਖੀ ਹੋਈ ਆ,
एम एल ए साहब अगर बेनती करनी अं जाके कि साढ़े जो पोल वाले है पहले इन्होंने अगर इन्ह की बेनती करो तो ये साड़ी चाहिए मंजूर करो पहला जिस तरह मर्जी पवे एक नंबर आ जाए दो नंबर आ तीन नंबर से आ जाए। तो इन्होंने जो प्रधान ने और उन्होंने मानना है कि साढ़े ना शहर वासी ने इतने सारे जोड़े लोग ने उन्होंने इतने लिया जाता वा कि बहुत ज्यादा समस्या ही ट्रैफिक से और ट्रैफिक को वेखद हो उन्होंने रेहड़ी की मार्केट बना दी। देखो जी ये तो बहुत वधिया गल की एक मार्केट बन गई एक पक्के अड्डे बन जाएंगे पर सरकार को चाहिए इन्होंने पहला अड्डे वधिया मजदूर जिवें डे निकलियान तो भी मजदूर है करेड़ी आले हुए फड़ी आले हुए तो अभी चाहिए सरकार ने जिवें 30 तरीक के उत्ते हुण ही मजदूर डे आप बनाया ये भी मजदूर आ साई दिहाड़ी काम करते हैं सरकार को चाहिए मेरी ये बेनती आ सारी कौम वालों सारी मजदूर यूनियन वालों भी उन्नी देर तक सानू उ अड्डे जड़े आ रहन दिते जान ठीक है कोई समस्या नहीं जिन्हें जिनी दगा दो सरकार लीक आई आ उस तो दगा कोई नहीं होता जो इतने पक्के अड्डे बन जाए सानू लाड़ कर देना वो बिल्कुल जगह खाली हो जाएगी कोई चक्कर इतने नहीं आ जाएगा उन्नी देर तो मुश्किल है जी आ देखो चिक्कड़ हो गया मीह पै गया बारिश पै गया कोई शेर के उत्ते नहीं कोई आड़ा नहीं इतने किसी ने वड़दा नहीं लोग सुकी जगह नहीं खिलाते सड़क के उत्ते जो मीह पैंदा बारिश पैंदी तो इतने चिक्कड़ च कड़ा वड़ूगा ते करके जिन्हें भी रेहड़ी वाले बेचारे भुखे मरणगे किसी नूं जाणगे अगे ही देश विच बहुत बेरोजगारी बेड़ी समस्या तो ये सरकार ने वधिया कर लगे चले इन्होंने भलाई का काम आ भी अड्डे दे दे लगे पर इहदे नाल इह भी आ भी थोड़ी ज्यादा तो छेती अड्डे बना देन थोड़ी उत्ते ही हल शैड ही पा देन बाकी बाद च कर देन तो सानू घट्टो घट इस गल की समस्या ना हो अं सिर ते छत लैके बह गए ठीक है सिर के उपर कोई छत नहीं है किसी तरह की भी और अगर जो बारिश आ जाएगी तो आ जगह जी देख रहे मिट्टी के उत्ते है इतने चिक्कड़ हो जाएगा गड्डिया फस जाएगी मोटरसाइकिल फस जाएंगे किसी का भी इतने खिलौना मुश्किल जरा हो जाएगा तो उसके असं दिखा चाहते कि जो ट्रैफिक की समस्या होंगी है तो यह दिखावे कि रोही के उपर काफ़ी ज़्यादा जड़िया रेहड़िया ने लगिया हुई ने और वेखन मिलता वा कि इतने ज़्यादातर फ्रूट वाले सब्जी वाले ये सारे रेहड़िया वाले सारे के सारे इस जगह के उपर सड़कों के उपर ने और इन्हों हूँ इतों अंदर ले जाया जा रहा है जिस तरह कि असं इतों आए हाँ यह सड़क है और तुम वेख सकते जो कि सारिया रेहड़िया ए फ्रूट वाली ने इन रेहड़िया हूँ इतों चुकया जाएगा चुके सीधा उत्थे अंदर ले जाएगा पहले उत्थे पीला पंजा चलाया गया सी तां पीला पंजा चला के जगह नूं खाली किया गया पर हुण देख सकते हो किड्डे वड्डे वड्डे अड्डे यानी कि एक एड्डी वड्डी दुकान है बहुत वड्डी दुकान जिहड़ी इत्थे सजाई हुई है इहो दुकान अगर बाजारां विच वेख्या जावे इसे तरह की होंदी ते इत्थे भी इहो चीज़ है और ट्रैफिक की समस्या बहुत ज़्यादा है उस समस्या नूं खत्म करन लई तरन तारण के जिहड़े विधायक ने डॉक्टर कश्मीर सिंह सोल इन्हां दी लाटरी कढ़न जा रहे ने ते लाटरी के मुताबिक जिस जो जो जगह प्राइड होंगी उस जगह पर उन्होंने रहना पवेगा अगर नहीं रेंदे तो उन्होंने कहें कि कार्रवाई भी हो सकती है देखना होगा कि कितनी जल्दी इस जगह बना के और जी कि सपूत करते हैं इन्होंने लोगों को कि इतने तुम रहना वा ये देखना बाकी होगा। विजय कुमार जगबन टीवी तरन तारण।